ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਹਿਬਜ਼ਾਦਿਆਂ ਨੂੰ ਤੋਰਿਆ ਜੰਗ ਵਿੱਚ। ਉੱਥੇ ਕਬੀਰ ਨੇ ਬੜੀ ਸੋਹਣੀ ਕਵਿਤਾ ਲਿਖੀ ਹੈ ਅੰਮ੍ਰਿਤ ਸਿੰਘ ਨੇ ਕਿ ਉੱਠ ਜਾ ਅਜੀਤ ਤੈਨੂੰ ਜੰਗ ਵਿੱਚ ਤੋਰਨਾ, ਤੇਰੇ ਨਾਲੋਂ ਪਹਿਲਾਂ ਮੈਨੂੰ ਦਿਸੇ ਕੋਈ ਹੋਰ ਨਾ। ਇਹ ਗੱਲ ਬੜੀ ਪਿਆਰੀ ਹੈ ਕਿ ਲੋਕਾਂ ਦੇ ਪੁੱਤ ਮਰਨੇ ਤੇ ਬੜੇ ਕਹਿੰਦੇ ਆ, ਲੋਕਾਂ ਦੇ ਪੁੱਤ ਖਤਮ ਹੋ ਗਏ, ਘਰਾਂ ਦੇ ਘਰ ਉੱਜੜ ਗਏ, ਪਰ ਕਈਆਂ ਦੇ ਘਰ ਅੱਜ ਵੀ ਵੱਸਦੇ ਆ। ਪਰ ਗੁਰੂ ਗੋਬਿੰਦ ਸਿੰਘ ਨੇ ਲੋਕਾਂ ਦੇ ਪੁੱਤ ਨਹੀਂ ਆਪਣੇ ਪੁੱਤ ਜੰਗ ਵਿੱਚ ਤੋਰੇ ਆ, ਆਪ ਗਏ ਆ, ਆਪਣੇ ਬੱਚੇ ਤੋਰੇ ਆ, ਆਪਣਾ ਘਰ ਖਤਮ ਕੀਤਾ, ਆਪਣੇ ਆਪ ਗੁਰੂ ਸਾਹਿਬ ਅੱਗੇ ਲੱਗੇ, ਲੋਕਾਂ ਨੂੰ ਹੀ ਨਹੀਂ ਕਿਹਾ, ਆਪ ਕਰਕੇ ਵਿਖਾਇਆ। ਇਹ ਗੱਲ ਬੜੀ ਕਮਾਲ ਦੀ, ਜਦੋਂ ਅਜੀਤ ਸਿੰਘ ਵਰਗਿਆਂ ਨੂੰ ਤੋਰਨਗੇ, ਜੁਝਾਰ ਸਿੰਘ ਵਰਗਿਆਂ ਨੂੰ ਤੋਰਨਗੇ, ਬਾਕੀਆਂ ਦੇ ਅੰਦਰ ਤੇ ਆਪੇ ਹੌਸਲਾ ਆ ਜਾਂਦਾ, ਜਗਲਿਆਂ ਨੇ ਆਪਣੇ ਬੱਚੇ ਨਹੀਂ ਰੱਖੇ, ਫਿਰ ਜਾਣਾ ਕਿੰਨਾ ਸੌਖਾ ਸੀ, ਨਾਲਦਿਆਂ ਨੂੰ ਕਿੰਨਾ ਹੌਸਲਾ ਹੋਣਾ ਸੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਪਹਿਲਾਂ ਉੱਠ ਜਾ ਅਜੀਤ ਤੈਨੂੰ ਜੰਗ ਵਿੱਚ ਤੋਰਨਾ, ਤੇਰੇ ਨਾਲੋਂ ਪਹਿਲਾਂ ਮੈਨੂੰ ਦਿਸੇ ਕੋਈ ਹੋਰ ਨਾ, ਹੋਰ ਨਹੀਂ ਦਿਸਦਾ, ਤੇਰੇ ਤੋਂ ਪਹਿਲਾਂ ਮੈਂ ਕਿਹਨੂੰ ਤੋਰਾਂ। ਗੁਰੂ ਸਾਹਿਬ ਨੇ ਪਹਿਲਾਂ ਆਪਣੇ ਬੱਚਿਆਂ ਨੂੰ ਤੋਰਿਆ, ਜਿਹੜੀ ਕਿ ਵਿਲੱਖਣ ਗੱਲ ਹੈ ਇਤਿਹਾਸ ਵਿੱਚ। ਨਹੀਂ ਤੇ ਅਗਲੇ ਲੋਕਾਂ ਦੇ ਪੁੱਤ ਮਰਵਾਉਂਦੇ ਨੇ ਤੇ ਆਪਣੇ ਪਿੱਛੇ ਰੱਖਦੇ ਨੇ। ਆਰਮੀ ਦੇ ਵਿੱਚ ਵੇਖੋ, ਵੱਡੇ ਵੱਡੇ ਲੀਡਰ ਇੱਦਾਂ ਕਰ ਦਿਓ, ਪਾਕਿਸਤਾਨ ਨਾਲ ਕਰ ਦਿਓ, ਫਲਾਣੇ ਨਾਲ ਕਰ ਦਿਓ, ਆਪਣੇ ਬੱਚੇ ਇਹਨਾਂ ਦੇ ਕੈਨੇਡਾ ਅਮਰੀਕਾ ਪੜ੍ਹਦੇ ਹੋਣਗੇ ਤੇ ਦੂਜਿਆਂ ਦੇ ਪੁੱਤ ਨੇ। ਤੇ ਮੈਂ ਕਈ ਵਾਰੀ ਕਿਹਾ, ਹਰ ਇੱਕ ਲੀਡਰ ਦਾ ਪੁੱਤ ਜਾਂ ਪੋਤਾ ਆਰਮੀ ਵਿੱਚ ਭਰਤੀ ਕਰੋ, ਚਾਹੇ ਕਿਸੇ ਵੀ ਦੇਸ਼ ਵਿੱਚ ਹੋਵੇ, ਭਰਤੀ ਕਰੋਗੇ ਤੇ ਫਿਰ ਪਤਾ ਲੱਗਣਾ ਵੀ ਜੰਗਾਂ ਕਿਸ ਭਾਅ ਪੈਂਦੀਆਂ, ਆਪਣੇ ਜਦੋਂ ਤੋਰਨੇ ਪੈਂਦੇ ਆ, ਜਿਹੜੀਆਂ ਲੜਾਈਆਂ ਲੱਗਦੀਆਂ, ਜੰਗਾਂ ਲੱਗਦੀਆਂ, ਇਹਦਾ ਨਤੀਜਾ ਕੀ ਨਿਕਲਦਾ। ਗੁਰੂ ਸਾਹਿਬ ਨੇ ਆਪਣੇ ਬੱਚੇ ਤੋਰੇ ਆ, ਲੋਕਾਂ ਨੂੰ ਹੀ ਨਹੀਂ ਕਿਹਾ, ਆਪਣੇ ਬੱਚੇ। ਬੜੀ ਪਿਆਰੀ ਕਵਿਤਾ ਲਿਖੀ, ਸੁਣੋ ਇਹ ਵੀ ਬੜੇ ਪਿਆਰ। ਉੱਠ ਜਾਇਆ ਜੀ ਤੈਨੂੰ ਜੰਗ ਵਿੱਚ ਤੋਰਨਾ, ਤੇਰੇ ਨਾਲੋਂ ਪਹਿਲਾਂ ਮੈਨੂੰ ਦਿਸੇ ਕੋਈ ਹੋਰ ਨਾ। ਉੱਠ ਜਾਇਆ ਜੀ ਤੈਨੂੰ ਜੰਗ ਵਿੱਚ ਤੋਰਨਾ, ਤੇਰੇ ਨਾਲੋਂ ਪਹਿਲਾਂ ਮੈਨੂੰ ਦਿਸੇ ਕੋਈ ਹੋਰ ਨਾ। ਤੁਹਾਡੇ ਨਾਲ ਵੱਧ ਭਾਵੇਂ ਸਿੰਘ ਵੀ ਪਿਆਰੇ ਨੇ, ਦੁਨੀਆ ਨੇ ਪੁੱਛਣਾ ਕਿੰਨੇ ਪੁੱਤ ਵਾਰੇ ਨੇ, ਸੀਸ ਲੱਥ ਜਾਵੇ ਪਰ ਹੋਣਾ ਕਮਜ਼ੋਰ ਨਾ, ਤੇਰੇ ਨਾਲੋਂ ਪਹਿਲਾਂ ਮੈਨੂੰ ਦਿਸੇ ਕੋਈ ਹੋਰ ਨਾ। ਉੱਠ ਜਾਇਆ ਜੀ ਤੈਨੂੰ ਜੰਗ ਵਿੱਚ ਤੋਰਨਾ, ਤੇਰੇ ਨਾਲੋਂ ਪਹਿਲਾਂ ਮੈਨੂੰ ਦਿਸੇ ਕੋਈ ਹੋਰ ਨਾ। ਇੱਕ ਪਾਸੇ ਪਿਆ ਛੋਟਾ ਵੀਰ ਜੁਝਾਰੇ, ਅੱਜ ਇਹਨੂੰ ਮਿਲ ਤੁਸੀਂ ਜਾਂਦੀ ਵਾ
ਚੜ੍ਹਦੀ ਸ਼ਹੀਦੀਆਂ ਦੀ ਲੋਰਨ ਤੇਰੇ ਨਾਲੋਂ ਪਹਿਲਾਂ ਮੈਨੂੰ ਦਿਸੇ ਕੋਈ ਹੋਰ ਨਾ ਤੇਰੇ ਪਿੱਛੋਂ ਜੰਗ ਚ ਜੁਝਾਰ ਫਿਰ ਆਉਣਾ ਉਸਨੇ ਵੀ ਤੇਰੀ ਤਰ੍ਹਾਂ ਜੋਰ ਵੇਖਣਾ ਜ਼ੁਲਮ ਦਾ ਸੰਗਣਾ ਪਹਾੜ ਤੁਸੀਂ ਖੋਰਨਾ ਤੇਰੇ ਨਾਲੋਂ ਪਹਿਲਾਂ ਮੈਨੂੰ ਦਿਸੇ ਕੋਈ ਹੋਰਨਾ ਪਤਾ ਨਹੀਂ ਉਹ ਕਿੱਥੇ ਮਾਤਾ ਕਿੱਥੇ ਛੋਟੇ ਵੀਰ ਨੇ ਸਰਸਾ ਦੇ ਕੰਢੇ ਉੱਤੇ ਮਿਲੇ ਸੁਣਿਆ ਨਾ ਮੁੜ ਕੇ ਮੋਜਿਆਂ ਦਾ ਸ਼ੋਰ ਤੇਰੇ ਕੋਲੋਂ ਪਹਿਲਾਂ ਮੈਨੂੰ ਦਿਸੇ ਕੋਈ ਹੋਰ ਨਾ ਉੱਠ ਜਾਇਆ ਜੀ ਤੈਨੂੰ ਜੰਗ ਵਿੱਚ ਤੋਰਨਾ ਤੇਰੇ ਨਾਲੋਂ ਪਹਿਲਾਂ ਮੈਨੂੰ ਦਿਸੇ ਕੋਈ ਹੋਰ ਨਾ ਦਿਸੇ ਕੋਈ ਹੋਰ ਨਾ ਦਿਸੇ ਕੋਈ ਹੋਰ